ਸਾਂਗੇਜ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਹਮੇਸ਼ਾ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਖਾਸ ਗੱਲ ਜਿਹੜੀ ਕਿ ਸਾਡੇ ਲੋਕਾਂ ਵਿੱਚ ਹੋ ਰਹੀ ਹੁੰਦੀ ਏ ਕੋਈ ਖਾਸ ਆਰਟਿਸਟ ਕੋਈ ਖਾਸ ਸ਼ੋਅ ਯਕ ਕਮਿਊਨਿਟੀ ਦਾ ਕੋਈ ਖਾਸ ਕੰਮ ਜਿਹੜਾ ਹੋ ਰਿਹਾ ਹੁੰਦਾ ਉਹ ਤੁਹਾਡੇ ਲਈ ਲੈ ਕੇ ਆਣੇ ਆ ਅੱਜ ਅਸੀਂ ਤੁਹਾਡੇ ਦਰਸ਼ਕਾਂ ਵਾਸਤੇ ਬਹੁਤ ਹੀ ਅੱਛੇ ਫਨਕਾਰ ਜਿਹੜੇ ਕਿ ਢੋਲ ਵਜਾਉਂਦੇ ਨੇ ਔਰ ਉਹਦੇ ਨਾਲ ਨਾਲ ਬੜਾ ਹੀ ਖੂਬਸੂਰਤ ਗਾਉਂਦੇ ਨੇ ਜੀ ਸਾਡੇ ਨਾਲ ਕਸ਼ਮੀਰ ਢੋਲੀ ਐਂਡ ਸਨਸ ਦੇ ਦੋ ਬਹੁਤ ਹੀ ਅੱਛੇ ਫਨਕਾਰ ਅਮੀਤ ਪਾਲ ਔਰ ਹਰੀਸ਼ ਢੋਲੀ ਵਾਲਾ ਜੀ ਮੌਜੂਦ ਨੇ ਤੁਹਾਨੂੰ ਦੁਆ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਤ ਜੀ ਪਹਿਲੇ ਤੇ ਤੁਹਾਡੇ ਨਾਲ ਸ਼ੁਰੂ ਕਰਾਂਗੇ ਅਸੀਂ ਤੁਹਾਨੂੰ ਸੁਣਿਆ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਮੈਂ ਬੜੀ ਹੈਰਾਨ ਹੋਈ ਤੁਸੀਂ ਕਿੰਨੇ ਚਿਰਾਂ ਤੋਂ ਇੱਥੇ ਹੋ ਔਰ ਤੁਹਾਡੇ ਜ਼ਿਹਨ ਵਿੱਚ ਕੀ ਹੈ ਕਿ ਤੁਸੀਂ ਇਹ ਕੰਮ ਕਰਦੇ ਹੋ ਮੈਨੂੰ ਇੱਥੇ ਕੈਨੇਡਾ ਦੇ ਵਿੱਚ 3 ਈਅਰਸ ਹੋ ਗਏ ਆਲਮੋਸਟ ਤੇ ਅਸੀਂ ਇੱਥੇ ਆ ਕੇ ਆਪਣਾ ਜਿੱਦਾਂ ਸਾਡਾ ਫੈਮਿਲੀ ਬਿਜ਼ਨਸ ਹੀ ਆ ਢੋਲ ਦਾ ਤੇ ਬੋਲੀਆਂ ਦਾ ਤੇ ਅਸੀਂ ਵੈਡਿੰਗਸ ਪਾਰਟੀਆਂ ਕੋਈ ਵੀ ਜਿੱਦਾਂ ਖੁਸ਼ੀ ਦਾ ਫੰਕਸ਼ਨ ਹੁੰਦਾ ਉੱਥੇ ਜਾ ਕੇ ਅਸੀਂ ਇਹ ਪਲੇ ਕਰਦੇ ਆਂ ਤੇ ਲੋਕਾਂ ਨੂੰ ਆਪਣੀ ਕਲਾ ਦੇ ਨਾਲ ਉਹਨਾਂ ਨੂੰ ਖੁਸ਼ ਕਰਦੇ ਆਂ ਤੇ ਅਹਿਰੀਸ਼ ਜੀ ਤੁਸੀਂ ਦੋਵੇਂ ਪ੍ਰਾਉ ਔਰੇ ਦੇ ਨਾਲ ਨਾਲ ਤੁਹਾਡੀ ਇਹ ਕੰਪਨੀ ਹੈ ਕਸ਼ਮੀਰ ਢੋਲੀ ਢੋਲੀ ਐਂਡ ਸਨਸ ਜੀ ਤੇ ਤੁਸੀਂ ਦੋਵਾਂ ਨੂੰ ਇਹ ਖਿਆਲ ਆਇਆ ਇਹ ਪਤਾ ਜੀ ਨੂੰ ਮੈਨੂੰ ਪਹਿਲੇ ਖਿਆਲ ਆਇਆ ਕਿ ਨੂੰ ਮੈਨੂੰ ਪਹਿਲੇ ਖਿਆਲ ਆਇਆ ਕਿ ਸਾਨੂੰ ਇਹ ਕੰਮ ਕਰਨਾ ਚਾਹੀਦਾ ਜਾਂ ਤੁਹਾਡੇ ਖਾਨਦਾਨ ਵਿੱਚ ਫੈਮਿਲੀ ਵਿੱਚ ਇਹ ਟ੍ਰੈਡੀਸ਼ਨ ਚੱਲਦਾ ਆ ਰਿਹਾ ਹੈ ਕਿ ਤੁਸੀਂ ਫਨਕਾਰ ਹੋ ਔਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਜੀ ਐਕਚੁਅਲੀ ਕੀ ਸੀਗਾ ਡੈਡੀ ਜਦੋਂ ਇੰਡੀਆ ਹੁੰਦੇ ਸੀਗੇ ਪਹਿਲਾਂ ਤੇ ਉਹ ਪੰਜਾਬ ਪੁਲਿਸ 'ਚ ਜੌਬ ਕਰਦੇ ਹੁੰਦੇ ਸੀਗੇ ਤੇ ਫਿਰ ਉਹਦੇ ਵਿੱਚ ਹੀ ਉਹ ਮਤਲਬ ਭੰਗੜੇ ਦੀ ਕੋਚਿੰਗ ਦਿੰਦੇ ਹੁੰਦੇ ਸੀਗੇ ਸਾਰਿਆਂ ਨੂੰ ਫਿਰ ਹੌਲੀ ਹੌਲੀ ਕਰਦੇ ਕਰਦੇ ਉਹਨਾਂ ਨੇ ਜੌਬ ਤੋਂ ਬਾਅਦ ਮਤਲਬ ਕਾਲਜ ਜਾਂ ਯੂਨੀਵਰਸਿਟੀ ਅੱਚ ਸਟਾਰਟ ਕਰ ਦਿੱਤਾ ਇਹ ਕੋਚਿੰਗ ਦਾ ਕੰਮ ਕਰਨਾ ਫਿਰ ਐਦਾਂ ਹੀ ਕਰਦੇ ਕਰਦੇ ਮਤਲਬ ਢੋਲ ਤਾਂ ਸਾਨੂੰ ਸਾਡੇ ਖੂਨ ਚ ਹੀ ਸੀਗਾ ਪਹਿਲਾਂ ਤੋਂ ਹੀ ਮਤਲਬ ਸਿੱਖਣ ਦੀ ਵੀ ਕਾਫੀ ਲੋੜ ਨਹੀਂ ਪਈ ਮਤਲਬ ਦੇਖ ਦੇਖ ਕੇ ਹੀ ਆ ਜਾਂਦਾ ਸੀਗਾ ਫਿਰ ਡੈਡੀ ਹੌਲੀ ਹੌਲੀ ਕੈਨੇਡਾ ਆ ਗਏ ਤੇ ਇਹਨਾਂ ਨੇ ਇੱਥੇ ਆ ਕੇ ਸ਼ੁਰੂ ਕਰ ਲਿਆ ਕੰਮ ਤੇ ਵਧੀਆ ਚੱਲਣ ਲੱਗ ਗਿਆ ਤੇ ਉਸ ਤੋਂ ਬਾਅਦ ਮੈਂ ਆ ਗਿਆ ਮੈਂ ਸਟੱਡੀ ਵੀਜ਼ੇ ਤੇ ਆ ਕੇ ਫਿਰ ਮੈਂ ਵੀ ਹੌਲੀ ਹੌਲੀ ਨਾਲ ਕੰਟੀਨਿਊ ਕੀਤਾ ਤੇ ਜਦ ਤੱਕ ਇਹ ਆਇਆ ਤਦ ਤੱਕ ਪੂਰਾ ਸਾਡਾ ਮਾਰਕੀਟ ਬੰਨ ਚੁੱਕੀ ਸੀ ਚਲੋ ਹੁਣ ਮੈਨੂੰ ਮੇਰੇ ਨਾਲ ਐਸ਼ੀਅਰ ਤੋੜੇ ਚੁੱਕੋ ਦੋਵਾਂ ਚੋਂ ਕੋਈ ਵੀ ਮੈਨੂੰ ਦੱਸ ਸਕਦਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇੱਥੇ ਇਸ ਢੋਲੀ bizness ਦਾ ਕੀ ਚਾਂਸਸ ਨੇ ਔਰ ਤੁਹਾਨੂੰ ਕੀ ਮੁਸ਼ਕਿਲਾਂ ਹੋਈਆਂ ਔਰ ਤੁਸੀਂ ਆਉਣ ਵਾਲੇ ਲੋਕਾਂ ਵਾਸਤੇ ਕੀ مشਵਰਾ ਦੇਣਾ ਚਾਹੋਗੇ ਪਹਿਲਾਂ ਤਾਂ ਇਹ ਜੀ ਹੁਣ ਜਿੱਦਾਂ ਕੈਨੇਡਾ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਇੰਡੀਅਨ ਕਲਚਰ ਜ਼ਿਆਦਾਤਰ ਇੱਥੇ ਇੰਡੀਅਨ ਪੰਜਾਬੀ ਲੋਕ ਇੱਥੇ ਵੱਸਦੇ ਨੇ ਜੋ ਕਿ ਸਾਨੂੰ ਸਾਡੇ ਬਿਜ਼ਨਸ ਦਾ ਬਹੁਤ ਜ਼ਿਆਦਾ ਸਕੋਪ ਲੱਗ ਰਿਹਾ ਕਿਉਂਕਿ ਸਾਨੂੰ ਇਦਾਂ ਦਾ ਮਾਹੌਲ ਹੀ ਚਾਹੀਦਾ ਸੀਗਾ ਜਿੱਥੇ ਉਹਨਾਂ ਨੂੰ ਇੰਡੀਆ ਵਰਗਾ ਮਾਹੌਲ ਅਸੀਂ ਦੇ ਸਕਦੇ ਆ ਪੂਰਾ ਉਸੇ ਹੀ ਤਰ੍ਹਾਂ ਦਾ ਉਹਨਾਂ ਨੂੰ ਵਿਆਹਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਖੁਸ਼ੀ ਦੇ ਫੰਕਸ਼ਨ ਦੇ ਵਿੱਚ ਅਸੀਂ ਇਹ ਫਿਊਚਰ ਦੇ ਵਿੱਚ ਇਹ ਵੀ ਪਲਾਨ ਕਰ ਰਹੇ ਆ ਕਿ ਕੋਈ ਅਕੈਡਮੀ ਓਪਨ ਕਰਾਂਗੇ ਉਹਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਵੀ ਇਸ ਕਲਾ ਦੇ ਨਾਲ ਉਹਨਾਂ ਨੂੰ ਜੋੜਾਂਗੇ ਤੇ ਇੱਕ ਗੱਲ ਮੈਂ ਇਹਦੇ ਵਿੱਚ ਹੀ ਹੋਰ ਕਹਿਣਾ ਚਾਹਾਂਗਾ ਜਦੋਂ ਅਸੀਂ ਇੰਡੀਆ ਵੀ ਥੋੜਾ ਬੋਤਾ ਕਰਦੇ ਸੀਗੇ ਤੇ ਜਦੋਂ ਇੱਥੇ ਆ ਕੇ ਕੰਪੇਅਰ ਕੀਤਾ ਉਸ ਚੀਜ਼ ਨੂੰ ਤੇ ਸਾਨੂੰ ਫੀਲ ਹੋਇਆ ਕਿ ਇੱਥੇ ਜ਼ਿਆਦਾ ਪਸੰਦ ਕਰਦੇ ਕਲਚਰ ਨੂੰ ਇੰਡੀਆ ਨਾਲੋਂ ਇੱਥੇ ਜ਼ਿਆਦਾ ਵੈਲਿਊ ਕੀਤੀ ਜਾਂਦੀ ਆ ਸੋ ਇਸ ਕਰਕੇ ਵੀ ਸਾਨੂੰ ਹੋਰ ਮੋਟੀਵੇਸ਼ਨ ਮਿਲੀ ਕਿ ਮਤਲਬ ਇੱਥੇ ਵਧੀਆ ਚੱਲ ਰਿਹਾ ਸਾਰਾ ਕੁਝ ਇਸ ਕਰਕੇ ਵੀ ਸਾਡਾ ਇਸ ਵਾਰ ਫੀਲਡ ਵੱਲ ਧਿਆਨ ਜ਼ਿਆਦਾ ਹੋ ਗਿਆ ਤੁਸੀਂ ਦੱਸ ਰਹੇ ਸੋ ਕਿ ਤੁਹਾਡੇ ਦਾਦਾ ਜੀ ਜਿਹੜੇ ਨੇ ਉਹ ਕਲਾਕਾਰ ਨੇ ਤੇ ਸਾਡੇ ਦਰਸ਼ਕਾਂ ਨੂੰ ਜ਼ਰਾ ਦੱਸੋ ਕਿ ਤੁਸੀਂ ਤੁਹਾਡਾ ਜੁੜੇ ਉਹਨਾਂ ਦੀ ਕਲਾ ਕੀ ਏ ਔਰ ਫੈਮਿਲੀ ਵਿੱਚ ਕਿਸ ਤਰ੍ਹਾਂ ਚੱਲਦਾ ਜਿੱਦਾਂ ਅਸੀਂ ਫੈਮਿਲੀ ਬੈਕਗ੍ਰਾਉਂਡ 뮤ਜ਼ਿਕ ਨੂੰ ਕਰਦੇ ਆ ਬਿਲੋਂਗ ਕਰਦੇ ਆ ਸਾਡੇ ਦਾਦਾ ਜੀ 우ਸਤਾਦ ਮਾਸਟਰ ਪ੍ਰੀਤਮ ਦਾਸ ਜੀ ਜੋ ਕਿ ਉਥੇ ਫਨਕਾਰ ਨੇ ਇਕਵਾਲੀਆਂ ਦੇ ਗਜ਼ਲਾ ਦੇ ਕਲਾਸਿਕਲ 뮤జిక్ ਦੇ ਬਹੁਤ ਹੀ ਮਾਹਰ ਨੇ ਉਹਨਾਂ ਦੀ ਏਜ ਹੁਣ ਤਾਂ ਭਾਵੇਂ 90 ইয়ার্স ਦੀ ਹੋ ਗਈ ਆ ਪਰ স্কেল ਉਹਨਾਂ ਦਾ ਹਜੇ ਵੀ ਬਹੁਤ ਉੱਚੀ ਚੱਲਾ ਜਾਂਦਾ ਹੈ ਤੇ ਜਿਹੜੇ ਫਾਦਰ ਸਾਹਿਬ ਨੇ ਸਾਡੇ ਉਹਨਾਂ ਨੇ 25 ਸਾਲ ਉੱਥੇ ਭੰਗੜਾ ਤੇ ਗਿੱਧਾ ਕੋਚਿੰਗ ਦੀ ਕੋਚਿੰਗ ਦਿੱਤੀ ਆ ਸਕੂਲਾਂ ਕਾਲਜਾਂ ਚ ਗੁਰੂ ਨਾਨਕ ਯੂਨੀਵਰਸਿਟੀਾਂ ਚ ਟੀਮਾਂ ਨਚਾਈਆਂ ਤੇ ਇਸੇ ਕਰਕੇ ਮਤਲਬ ਉਸੇ ਚੀਜ਼ ਤੋਂ ਸਾਨੂੰ ਅੱਗੇ ਮੋਟੀਵੇਸ਼ਨ ਮਿਲਿਆ ਵੀ ਸਾਨੂੰ ਵੀ ਇਸੇ ਫੀਲਡ ਦੇ ਵਿੱਚ ਜਾਣਾ ਚਾਹੀਦਾ ਤੇ ਇਹ ਦੇ ਵਿੱਚ ਹੀ ਸਾਨੂੰ ਸਕੋਪ ਜ਼ਿਆਦਾ ਸਾਨੂੰ ਲੱਗ ਰਿਹਾ ਅੱਛਾ ਹੁਣ ਐ ਦੱਸੋ ਕਿ ਜਿਹੜੀ ਤੁਸੀਂ ਆਪਣੇ ਗਾਨ ਲਈ ਬੋਲੀਆਂ ਜਾਂ ਸ਼ਾਇਰੀ ਜਾਂ ਜੋ ਵੀ ਸਿਲੈਕਟ ਕਰਦੇ ਹੋ ਉਦੇ ਪਿੱਛੇ ਕਿਉਂਕਿ ਮੈਂ ਜਿਹੜਾ ਪ੍ਰੋਗਰਾਮ ਮੈਂ ਅਟੈਂਡ ਕੀਤਾ ਮੈਂ ਦੇਖਿਆ ਮੈਨੂੰ ਬੜਾ ਮਜ਼ਾ ਆਇਆ ਕਿ ਤੁਸੀਂ ਇੱਕ ਖਾਸ ਤਰ੍ਹਾਂ ਦਾ ਜਿਹਦੇ ਵਿੱਚ ਤੁਸੀਂ ਕੋਈ ਫਰਕ ਨਹੀਂ ਕਰ ਸਕਦੇ ਲੰਗ ਲੱਤ ਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਦਾ ਉਹ ਲੱਗਦਾ ਹੈ ਕਿ ਇਕੱਠੇ ਹੀ ਇੱਕੋ ਹੀ ਉਹ ਉਹਦੇ ਤੇ ਜੋ ਵੀ ਬੈਠਾ ਹੋਏਗਾ ਉਹਨੂੰ ਬਹੁਤ ਮਜ਼ਾ ਆਏਗਾ ਇਹਦੀ ਕੋਈ ਖਾਸ ਇਹਦੇ ਪਿੱਛੇ وجہ ਆਈ ਹੈ ਜਾਂ ਐਵੇਂ ਜਸਟ ਬਿਕੋਜ਼ ਦੇਖੋ ਐਦਾਂ ਹੁੰਦਾ ਕਿ ਜਿੱਥੇ ਤਾਂ ਢੋਲ ਵੱਜ ਜਾਂਦਾ ਨਾ ਉੱਥੇ ਲੰਦਾ ਚ ਪੰਜਾਬ ਜਾਂ ਚੜ੍ਹਦਾ ਪੰਜਾਬ ਉੱਥੇ ਇੱਕ ਹੀ ਹੋ ਜਾਂਦਾ ਬਸ ਉਥੇ ਢੋਲ ਦੀ ਤਾਲ ਹੀ ਐਸੀ ਆ ਕਿ ਉਥੇ ਬਾਕੀ ਸਾਰੀਆਂ ਚੀਜ਼ਾਂ ਭੁਲਾ ਕੇ ਸਾਰਿਆਂ ਦਾ ਨੱਚਣ ਨੂੰ ਦਿਲ ਕਰਦਾ ਆ ਆਟੋਮੈਟਿਕਲੀ ਇਹ ਰੂਹ ਦੇ ਅੰਦਰ ਮਤਲਬ ਜਾ ਕੇ ਵੱਜਦੀ ਇਹਦੀ ਤਾਲ ਜਿਹੜੀ ਵੀ ਹੈਗੀ ਆ ਤੇ ਬਾਕੀ ਹੈ ਤਾਂ ਉਦਾਂ ਵੀ ਇਹ ਇਕੱਠੇ ਹੀ ਆ ਸਿਰਫ ਦੇਸ਼ਾਂ ਦੀ ਵੰਡ ਕਰਕੇ ਇਹ ਲੱਗ-ਲੱਗ ਕਹਿ ਸਕਦੇ ਇਹਨਾਂ ਨੂੰ ਬਟ ਅੰਦਰੋਂ ਇਹ ਦਿਲੋਂ ਜੇ ਮੰਨਿਆ ਜਾਵੇ ਤਾਂ ਇਹ ਇਕੱਠੇ ਇੱਕੋ ਚੀਜ਼ ਹੀ ਆ ਇਹ ਕਲਚਰ ਮੇਰੇ ਖਿਆਲੇ ਟੋਲ ਦਾ ਜਿਹੜਾ ਕਲਚਰ ਹੈ ਪੰਜਾਬੀ ਕਲਚਰ ਉਹ ਸਾਰੀ ਦੁਨੀਆ ਚ ਜਾਣਿਆ ਹੀ ਟੋਲ ਦੀ ਵਜਾ ਨਾਲ ਜਾਂਦਾ ਕਿ ਉਹ ਵੈਸੇ ਵੀ ਉਹ ਕਹਿੰਦੇ ਨਾ ਟੋਲ ਵਜਾ ਦਿਓ ਯਾਨੀ ਗੱਲ ਪਹਿਲਾ ਦਿਓ ਤੇ ਜਿੱਤੀ ਇਕੱਲੇ ਪੰਜਾਬੀ ਨੂੰ ਛੱਡ ਕੇ ਹੁਣ ਤਾਂ ਮਤਲਬ ਇਹ ਸਾਰੇ ਪਾਸੇ ਵਜਾਈਦਾ ਜੇ ਕੋਈ ਮਤਲਬ ਫੋਰਨ ਫੋਰਨਰ ਵੈਡਿੰਗ ਹੋਵੇ ਹੁਣ ਤਾਂ ਉੱਥੇ ਵੀ ਲਾਈਕ ਲੋਕਾਂ ਨੂੰ ਚਾਹੀ ਨਾ ਟੋਲਦਾ ਹੋ ਗਿਆ ਫੋਰਨਰਸ ਵੀ ਨੂੰ ਲਾਈਕ ਕਰਦੇ ਆ ਉਹ ਵੀ ਹੁਣ ਬੁੱਕ ਕਰਨ ਲੱਗ ਗਏ ਅੱਛਾ ਤੇ ਤੁਹਾਨੂੰ ਕਾਰੋਬਾਰ ਦੇ ਹਿਸਾਬ ਦੇ ਨਾਲ ਅਸੀਂ ਹੁਣ ਗੱਲ ਕਰਨੀਆਂ ਕਿ ਕਿਹੜਾ ਤੁਹਾਡਾ ਸੀਜ਼ਨ ਖਾਸ ਹੁੰਦਾ ਹੈ ਜਿੱਦੇ ਕਿ ਬਹੁਤ ਜ਼ਿਆਦਾ ਸ਼ਾਦੀਆਂ ਹੁੰਦੀਆਂ ਨੇ ਔਰ ਕਿਹੜੇ ਖਾਸ ਤਰ੍ਹਾਂ ਦੇ ਲੋਕੀ ਨੇ ਜਿਹੜੇ ਜ਼ਿਆਦਾ ਪਸੰਦ ਕਰਦੇ ਨੇ ਔਰ ਕਿਹੜੇ ਲੋਕ ਨੇ ਜਿਹੜੇ ਬਿਲਕੁਲ ਪਸੰਦ ਨਹੀਂ ਕਰਦੇ ਕਿਉਂਕਿ ਤੁਸੀਂ ਹਰ ਜਗ੍ਹਾ ਜਾਂਦੇ ਹੋ ਤੁਹਾਨੂੰ ਉਹ ਦਾ ਫੀਡਬੈਕ ਮਿਲਦਾ ਹੋਏਗਾ ਜੀ ਜੀ ਬਿਲਕੁਲ ਸਾਡਾ ਜਿਹੜਾ ਮੇਨਲੀ ਸੀਜ਼ਨ ਇਥੇ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਤੱਕ ਲਗਾਤਾਰ ਹੀ ਚੱਲਦਾ ਵਾ ਜਿਹਦੇ ਵਿੱਚ ਪੰਜਾਬੀ ਫੰਕਸ਼ਨ ਚਾਹੇ ਗੁਜਰਾਤ ਦੇ ਹੋਣ ਚਾਹੇ ਪਾਕਿਸਤਾਨੀ ਵੈਡਿੰਗਸ ਵੀ ਅਸੀਂ ਅਟੈਂਡ ਕਰੀਦੀਆਂ ਕਿਉਂਕਿ ਸਾਡਾ ਜਿਹੜਾ ਤੁਸੀਂ ਬੋਲੀਆਂ ਦੀ ਗੱਲ ਕੀਤੀ ਸੀ ਵੀ ਤੁਸੀਂ ਬੋਲੀਆਂ ਕਿੱਦਾਂ ਸਿਲੈਕਟ ਕਰਦੇ ਅਸੀਂ ਮਾਹੌਲ ਦੇ ਹਿਸਾਬ ਦੇ ਨਾਲ ਚੱਲਦੇ ਆਂ ਜੇ ਕੋਈ ਪਾਕਿਸਤਾਨੀ ਵੈਡਿੰਗ ਆ ਤੇ ਉੱਥੇ ਅਸੀਂ ਉਸ ਹਿਸਾਬ ਦਾ ਗਾਈ ਦਾ ਜਿਹੜਾ ਬਾਲੀਵੁੱਡ ਟੱਚ ਹੋ ਗਿਆ ਜਾਂ ਕੋਈ ਗੁਜਰਾਤੀ ਫੰਕਸ਼ਨ ਆ ਉੱਥੇ ਵੀ ਅਸੀਂ ਬਾਲੀਵੁੱਡ ਟੱਚ ਕਰੀਦਾ ਵਾ ਜੇ ਕੋਈ ਸਾਡਾ ਪੰਜਾਬ ਦਾ ਆ ਜਾਂਦਾ ਵਾ ਤਾਂ ਉੱਥੇ ਸਾਡਾ ਫੋਕ 뮤직 ਚੱਲਦਾ ਕਲਚਰਲ ਜਿਹੜੀਆਂ ਬੋਲੀਆਂ ਜਾਗੋ ਨਾਲ ਰਿਲੇਟਡ ਹੋ ਗਈਆਂ ਨਾਨਕੇ ਮੇਲ ਦੀਆਂ ਹੋ ਗਈਆਂ ਜਾਂ ਗਿੱਧੇ ਦੀਆਂ ਹੋ ਗਈਆਂ ਅਸੀਂ ਮਾਹੌਲ ਦੇ ਹਿਸਾਬ ਨਾਲ ਹੀ ਆਪਣੀਆਂ ਬੋਲੀਆਂ ਨੂੰ ਬਦਲ ਲਈਦਾ ਅੱਛਾ ਤੁਸੀਂ ਦੱਸ ਰਸੋ ਕਿ ਤੁਸੀਂ ਮੰਦਰ ਵਿੱਚ ਔਰ ਗੁਰਦੁਆਰੇ ਵਿੱਚ ਵੀ ਇਹ ਕਰਦੇ ਹੋ ਤੇ ਤੁਹਾਨੂੰ ਆਪਣੇ ਹਰ ਫਨਕਾਰ ਨੂੰ ਆਪਣੀ ਖੁਸ਼ੀ ਜਿਹੜੀ ਹੁੰਦੀ ਉਹ ਕਿਸੇ ਖਾਸ ਚੀਜ਼ੇ ਚ ਹੁੰਦੀ ਹੈ ਤੇ ਇਹਦੇ ਸਾਰੇ ਵਿੱਚ ਤੁਹਾਨੂੰ ਕਿ ਕੀ ਚੀਜ਼ ਬਹੁਤ ਅੱਛੀ ਜਿੱਦੇ ਕਿ ਤੁਸੀਂ ਵਾਕਈ ਡੁੱਬ ਕੇ ਆਪਣਾ ਕੰਮ ਕਰਦੇ ਹੋ ਸਾਨੂੰ ਤਾਂ ਜਾਗੋ ਨਾਨਕਾ ਮੇਲ ਉਹ ਕਰਕੇ ਜਦੋਂ ਕਰਦੇ ਆ ਨਾ ਮੁਕਾਬਲਾ ਕਰਦੇ ਕਰਦੇ ਅਸੀਂ ਖੁਦ ਆਪਣੇ ਆਪ ਇੰਜੋਏ ਕਰਦੇ ਆ ਜਦੋਂ ਉਹਨਾਂ ਦਾ ਮੁਕਾਬਲਾ ਹੁੰਦਾ ਹੁੰਦਾ ਨਾਨਕਿਆਂ ਦਾ ਤੇ ਦਾਤਕਿਆਂ ਦਾ ਤਾਂ ਉਹ ਸਿੱਠਣੀਆਂ ਜਿਹਨੂੰ ਆਪਾਂ ਕਹਿ ਦਿੰਦੇ ਆ ਸਿੱਠਣੀਆਂ ਸਿੱਠਣੀਆਂ ਦਿੰਦੇ ਆ ਉਹਦੇ ਵਿੱਚ ਅਸੀਂ ਖੁਦ ਵੀ ਇੰਜੋਏ ਕਰਦੇ ਨਾਲ ਉਹਨਾਂ ਦੇ ਸੋ ਸਾਨੂੰ ਉਸ ਚੀਜ਼ ਚ ਜ਼ਿਆਦਾ ਮਜ਼ਾ ਆਉਂਦਾ ਜਿੱਦਾਂ ਅਸੀਂ ਜਿੱਥੇ ਵੀ ਫੰਕਸ਼ਨ ਕਰਨ ਜਾਂਦੇ ਆ ਨਾ ਅਸੀਂ ਉਹਨੂੰ ਕੰਮ ਨਹੀਂ ਸਮਝਦੇ ਅਸੀਂ ਉਹਨੂੰ ਇਦਾਂ ਸਮਝ ਕੇ ਕਰੀਦਾ ਵਾ ਵੀ ਇਹ ਸਾਡੇ ਘਰ ਦਾ ਫੰਕਸ਼ਨ ਆ ਤੇ ਲੋਕੀ ਵੀ ਸਾਨੂੰ ਉਸੇ ਤਰ੍ਹਾਂ ਡੀਲ ਕਰਦੇ ਵੀ ਇਹ ਸਾਡੇ ਬੱਚੇ ਹੀ ਨੇ ਤੇ ਆਪਣੇ ਘਰ ਵਾਂਗੂ ਹੀ ਅਸੀਂ ਉਹਨਾਂ ਨੂੰ ਪੂਰਾ ਖੁਸ਼ ਕਰਕੇ ਇਹਦਾ ਸਾਨੂੰ ਇਹ ਹੁੰਦਾ ਜਿਨ੍ਹਾਂ ਨੇ ਸਾਨੂੰ ਬੁੱਕ ਕੀਤਾ ਵਾ ਉੱਥੇ ਅਸੀਂ ਪੂਰੀ ਜਿੰਦ ਜਾਨ ਲਾ ਕੇ ਰੌਣਕ ਲਗਾਨੀ ਆ ਤੇ ਉਹ ਗਾਂ ਵਾਸਤੇ ਵੀ ਸਾਡੇ ਆਪ ਹੀ ਜਦੋਂ ਮਸ਼ਹੂਰੀ ਹੋ ਜਾਂਦੀ ਕਹਿੰਦੇ ਹੁੰਦੇ ਨਾ ਜਦੋਂ ਆਪਾਂ ਕੰਮ ਵਧੀਆ ਕਰਾਂਗੇ ਤੇ ਅੱਗੇ ਫੀਡਬੈਕ ਵੀ ਆਂਦੀ ਆ ਤੇ ਆਪੇ ਬੁਕਿੰਗ ਆਉਣੀਆਂ ਸਟਾਰਟ ਹੋ ਜਾਂਦੀਆਂ ਤੇ ਬਾਕੀ ਅਸੀਂ ਇਹ ਵੀ ਇੰਜੋਏ ਕਰੀਦਾ ਤੇ ਨਾਲ ਨਾਲ ਜਦੋਂ ਤੁਸੀਂ ਮੰਦਰ ਦੀ ਗੱਲ ਕੀਤੀ ਆ ਮੰਦਰਾਂ ਗੁਰਦੁਆਰਿਆਂ ਚ ਵੀ ਉਹਨੂੰ ਵੀ ਅਸੀਂ ਬਹੁਤ ਲਾਈਕ ਕਰਦੇ ਆ ਕਿਉਂਕਿ ਇਹਦੇ ਨਾਲ ਨਾਲ ਅਸੀਂ ਚਲੋ ਉਹ ਪਰਮ ਸ਼ਕਤੀ ਦੇ ਨਾਲ ਵੀ ਜੁੜ ਸਕਦੇ ਆ ਤੇ ਇਸ ਲਈ ਅਸੀਂ ਉਹ ਵੀ ਬਹੁਤ ਇੰਜੋਏ ਕਰਦੇ ਹਾਂ ਸੋ ਅਸੀਂ ਜਿੰਨਾ ਚਿਰ ਲਈ ਜਿੱਥੇ ਜਾਈਦਾ ਉਹਨਾਂ ਚਿਰ ਲਈ ਉਹਨਾਂ ਦੇ ਹੀ ਹੋ ਜਿੱਥੇ ਵੀ ਜਾਈਦਾ ਹਾਂ ਐ ਸਭ ਆਰਟਿਸਟ ਦਾ ਕੰਮ ਹੀ ਆਵੇ ਕਿ ਉਹ ਆਪਣਾ ਕੰਮ ਡੁੱਬ ਕੇ ਕਰਦਾ ਉਹਦੇ ਲਈ ਕੋਈ ਜ਼ਰੂਰੀ ਨਹੀਂ ਹੈ ਕਿ ਕਿਸੇ ਗਾਤੇ ਕੰਮ ਮੈਂ ਤੇ ਬਸ ਹੈ ਜੀ ਬਿਲਕੁਲ ਅੱਛਾ ਹੁਣ ਹਰ ਕੰਮ ਕਰਨ ਲਈ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਭਾਵੇਂ ਤੁਹਾਡਾ ਐਕਸਪੀਰੀਅੰਸ ਹੋਏ ਜਾਂ ਨਾ ਹੋਏ ਤੁਹਾਨੂੰ ਮੁਸ਼ਕਿਲਾਂ ਆਂਦੀਆਂ ਨੇ ਕਿਉਂਕਿ ਜਗ੍ਹਾ ਬਣਾਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕੰਮ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਵਿੱਚ ਹੋਣ ਇਥੇ ਜਿੱਥੇ ਅਸੀਂ ਬ੍ਰੈਂਟਨ ਵਿੱਚ ਖਾਸ ਤੌਰ ਤੇ ਰਹਿੰਦੇ ਆ ਤੇ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਹੈ। ਤੇ ਤੁਹਾਨੂੰ ਕੀ ਮੁਸ਼ਕਿਲਾਂ ਆਈਆਂ ਆਪਣਾ ਕਾਰੋਬਾਰ ਕਰਨ ਵਿੱਚ? ਯਾ ਹਾਲੇ ਤੱਕ ਤੁਸੀਂ ਕੀ ਸਮਝਦੇ ਹੋ ਕਿ ਕੀ ਕੀ ਮੁਸ਼ਕਲਾਂ ਨੇ ਔਰ ਕੀ ਕੀ ਸਹਾਈਆਂ ਨੇ? ਜਿਵੇਂ ਕਿ ਅਸੀਂ ਪਹਿਲਾਂ ਇੰਡੀਆ ਜਦੋਂ ਅਸੀਂ ਹੁੰਦੇ ਸੀਗੇ ਉਦੋਂ ਸਾਡੀ ਸੋਚ ਸੀ ਕਿ ਸਾਡੇ ਪੈਰੈਂਟਸ ਵੀ ਸਾਨੂੰ ਫੋਰਸ ਕਰਦੇ ਕਿ ਲਾਈਕ ਸਟੱਡੀ ਵਾਲ ਨੂੰ ਫੋਕਸ ਕਰੋ ਤੁਸੀਂ ਕਿ ਇਹ ਚੀਜ਼ ਦਾ ਇੱਥੇ ਜ਼ਿਆਦਾ ਸਕੋਪ ਨਹੀਂ ਹੈਗਾ ਕਿਉਂਕਿ ਉਹਨੂੰ ਪਤਾ ਨਹੀਂ ਸੀਗਾ ਕਿ ਅਸੀਂ ਗਾਂ ਕੈਨੇਡਾ ਜਾ ਕੇ ਵੀ ਇਸ ਚੀਜ਼ ਨੂੰ ਅੱਗੇ ਵਧਾਵਾਂਗੇ ਫਿਰ ਉਦੋਂ ਅਸੀਂ ਜ਼ਿਆਦਾ ਸਟੱਡੀ ਵਾਲੀ ਫੋਕਸ ਕਰਦੇ ਸੀਗੇ ਕਿ ਜਦੋਂ ਇੱਥੇ ਆਏ ਹੌਲੀ ਹੌਲੀ ਥੋੜਾ ਥੋੜਾ ਲਾਈਕ ਫਰੈਂਚਸ ਦੇ ਫੰਕਸ਼ਨਾਂ 'ਚ ਜਾਂ ਮਤਲਬ ਫੈਮਿਲੀ ਵੀ ਇਵੈਂਟਸ ਦੇ ਵਿੱਚ ਉਹ ਜਦੋਂ ਕਹਿੰਦੇ ਹੁੰਦੇ ਸੀਗੇ ਕਿ ਥੋੜਾ ਬਹੁਤਾ ਵਜਾਓ ਵਜੋਂਦੇ ਵਜੋਂਦੇ ਸਾਡਾ ਜਿੱਦਾਂ ਮਤਲਬ ਅਸੀਂ ਯੂਜ਼ ਟੂ ਹੋ ਗਏ ਇਸ ਚੀਜ਼ ਨੂੰ ਤੇ ਬਾਕੀ ਜਿਹੜਾ ਸਾਡਾ ਡਰ ਖਤਮ ਹੋਇਆ ਜਿਹੜੀ ਜਿਹੜੇ ਤੁਸੀਂ ਕਹਿ ਰਹੇ ਮੁਸ਼ਕਿਲਾਂ ਆਈਆਂ ਤੇ ਉਹ ਸਾਡੇ ਲੋਕਾਂ ਨੇ ਪਿਆਰ ਹੀ ਨਾ ਕੀਤਾ ਕਿ ਸਾਨੂੰ ਮੁਸ਼ਕਿਲਾਂ ਫੀਲ ਹੀ ਨਹੀਂ ਹੋਣ ਦਿੱਤੀਆਂ ਸਾਡਾ ਆਟੋਮੈਟਿਕਲੀ ਇਸ ਚੀਜ਼ ਵੱਲ ਜ਼ਿਆਦਾ ਪਿਆਰ ਪੈ ਗਿਆ ਇੱਕ ਇੱਕ ਗੱਲ ਹੋਰ ਜਿੱਦਾਂ ਕੈਨੇਡਾ ਦੀ ਆਪਾਂ ਗੱਲ ਕਰੀਏ ਇੱਥੇ ਮੇਰੇ ਹਿਸਾਬ ਦੇ ਨਾਲ ਇੰਨੀ ਜੌਬਸ ਦੀ ਜਾਂ ਇਹਦੇ ਵਿੱਚ ਜਾਂ ਸਕੋਪ ਨਹੀਂ ਹੈਗਾ ਜਿੰਨਾ ਕਿ ਇੱਥੇ ਕਲਾ ਦੇ ਵਿੱਚ ਸਕਿੱਲ ਸਕਿੱਲ ਮੋਰ ਇੰਪੋਰਟੈਂਟ ਲੱਗਦੀ ਮੈਨੂੰ ਤਾਂ ਕੈਨੇਡਾ ਦੇ ਵਿੱਚ ਜੇ ਕਿਸੇ ਦੇ ਹੱਥ ਦੇ ਵਿੱਚ ਸਕਿੱਲ ਆ ਤੇ ਉਹ ਉਹਦਾ ਜ਼ਿਆਦਾ ਸਕੋਪ ਆ ਇੱਥੇ ਕੈਨੇਡਾ ਦੇ ਵਿੱਚ ਤੇ ਤੁਸੀਂ ਪੜਨ ਵਾਲ ਨਹੀਂ ਤੁਸੀਂ ਸਟੂਡੈਂਟ ਉਹਦੇ ਤੇ ਆਏ ਤੇ ਤੁਸੀਂ ਕਿਉਂ ਅੱਗੋਂ এডੂਕੇਸ਼ਨ ਆਪਣੀ ਕੀਤੀ ਜਾਂ ਕਰਨ ਦਾ ਇਰਾਦਾ ਹੈ ਵੇ ਜਾਂ ਤੁਸੀਂ ਆਪਣਾ ਫੋਕਸ ਜਿਹੜਾ ਕਿਉਂਕਿ ਕਲਾ ਆਪਣੇ ਆਪ ਵਿੱਚ ਬਹੁਤ ਵੱਡੀ এডੂਕੇਸ਼ਨ ਹੈ ਇਹਦੀ ਵੀ ਅੱਗੋਂ ਬਹੁਤ ਸਾਰੀ ਇੱਕ ਇਟਸ ਇਟਸ ਲਾਈਕ ਅ ਰੋਡ ਤੇ ਉਹਦੇ ਤੇ ਤੁਸੀਂ ਚੱਲਦੇ ਹੋ ਫਿਰ ਉਹਨੂੰ ਸਿੱਖਦੇ ਹੋ ਕੀ ਇਹਦੇ ਤੇ ਤੁਸੀਂ ਕਹੋਗੇ ਅਸੀਂ ਜਿੱਦਾਂ ਸਟੱਡੀ ਦੀ ਗੱਲ ਕਰੀਏ ਅਸੀਂ ਸਟੱਡੀ ਤਾਂ ਬਿਲਕੁਲ ਵਧੀਆ ਤਰੀਕੇ ਨਾਲ ਕਰਕੇ ਆਇਆ ਉੱਥੇ ਮੈਂ ਗ੍ਰੈਜੂਏਸ਼ਨ ਕਰਕੇ ਆਇਆ ਬੈਚਲਰ ਆਫ ਕਾਮਰਸ ਦੇ ਵਿੱਚ ਇੱਥੇ ਵੀ ਮੈਂ ਗਲੋਬਲ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਸਟੱਡੀ ਕੀਤੀ ਆ ਪੂਰੀ ਮਤਲਬ ਡਨ ਕੀਤੀ ਆ ਤੇ ਉਸ ਤੋਂ ਬਾਅਦ ਸਾਨੂੰ ਇਦਾਂ ਲੱਗਾ ਵੀ ਇਸ ਲਾਈਨ ਦੇ ਵਿੱਚ ਅਸੀਂ ਆਪਣੀ ਸਕਿੱਲ ਦੇ ਵਿੱਚ ਜਿਆਦਾ ਅੱਗੇ ਤੱਕ ਜਾ ਸਕਦੇ ਸਾਨੂੰ ਲੋਕਾਂ ਨੇ ਵੀ ਇਹ ਮੋਟੀਵੇਟ ਕੀਤਾ ਵੀ ਤੁਸੀਂ ਆਪਣੀ ਲਾਈਨ ਦੇ ਵਿੱਚ ਆਪਣੇ ਹੀ ਬਿਜ਼ਨਸ ਨੂੰ ਜਿਹੜੇ ਟਾਈਮ ਦਿਓਗੇ ਤੇ ਤੁਸੀਂ ਇਸ ਦੇ ਵਿੱਚ ਤੁਹਾਡਾ ਜਿਆਦਾ ਸਕੋਪ ਹੈ ਤੁਹਾਡਾ ਨਾਂ ਵੀ ਉਚਾਈਆਂ ਤੱਕ ਜਾ ਸਕਦਾ ਅਸੀਂ ਇਸ ਨੂੰ ਅੱਗੇ ਜ਼ਰੂਰ ਵਧਾਵਾਂਗੇ ਵੀ ਮਤਲਬ ਗਾਂ ਅਕੈਡਮੀ ਵਗੈਰਾ ਖੋਲਾਂਗੇ ਥੋੜਾ ਛੋਟੇ-ਛੋਟੇ ਬੱਚਿਆਂ ਨੂੰ ਇਹ ਗੁੰਦ ਦੇਣ ਦੀ ਟਰਾਈ ਕਰਾਂਗੇ ਪੂਰੀ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਕਿਉਂਕਿ ਇੱਥੇ ਕਾਫੀ ਬੱਚੇ ਆ ਜਿਹੜੇ ਲਾਈਕ ਜਿੱਥੇ ਵੀ ਫੰਕਸ਼ਨ ਤੇ ਜਾਂਦੇ ਕੋਈ ਨਾ ਕੋਈ ਜ਼ਰੂਰ ਪੁੱਛਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨਾ ਚਾਹੁੰਦੇ ਆ ਸਿਖਾਉਣਾ ਚਾਹੁੰਦੇ ਆ ਤੇ ਹਜੇ ਸਾਡੇ ਕੋਲ ਉਹਨੇ ਪ੍ਰੋਪਰ ਰਿਸੋਰਸਿਸ ਨਹੀਂ ਹੈਗੇ ਤੇ ਇਨ ਫਿਊਚਰ ਅਸੀਂ ਜ਼ਰੂਰ ਟਰਾਈ ਕਰਾਂਗੇ ਕੋਈ ਅਕੈਡਮੀ ਵਗੈਰਾ ਓਪਨ ਕਰਕੇ ਅਸੀਂ ਉਹਨਾਂ ਨੂੰ ਵੀ ਥੋੜਾ ਬਹੁਤਾ ਟੀਚ ਕਰਨਾ ਸ਼ੁਰੂ ਕਰਾਂਗੇ ਦਰਸ਼ਕੋ ਢੋਲ ਸਾਡੇ ਕਲਚਰ ਦਾ ਇੱਕ ਬਹੁਤ بڑا ਪੰਜਾਬੀ ਕਲਚਰ ਦਾ ਇੱਕ ਬਹੁਤ بڑا ਸਾਇਨ ਹੈ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ 글로ਬਲੀ ਚੱਲਦਾ ਹੈ ਔਰ ਪਹਿਚਾਨ ਬਣਦਾ ਹੈ ਇਸ ਤਰ੍ਹਾਂ ਦੇ ਸ਼ਾਦੀਆਂ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਟੋਲਚੀ ਦੇ ਨਾਲ ਆਵਾਜ਼ ਦੂਰ ਤੱਕ ਪਹੁੰਚਦੀ ਏ ਲੋਕੀ ਦੂਰ ਤੱਕ ਸੁਣਦੇ ਨੇ ਔਰ ਸਮਝਦੇ ਨੇ ਕਿ ਇੱਥੇ ਕੋਈ ਨਾ ਕੋਈ ਇੱਕ ਖੁਸ਼ੀ ਦੀ ਸੈਲੀਬ੍ਰੇਸ਼ਨ ਦੀ ਕਾਫੀ ਹੈ ਤੇ ਜੇਕਰ ਤੁਸੀਂ ਵੀ ਕੋਈ ਸੈਲੀਬ੍ਰੇਸ਼ਨਸ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਆਪਣੇ ਕਲਚਰਲ ਜੋੜੀਏ ਔਰ ਉਹਨੂੰ ਪ੍ਰਮੋਟ ਕਰੀਏ ਤੇ ਤੁਸੀਂ ਕਸ਼ਮੀਰ ਢੋਲੀ ਐਂਡ ਸਨਜ਼ ਨਾਲ ਰਾਬਤਾ ਕਰ ਸਕਦੇ ਹੋ ਇਹਨਾਂ ਦਾ ਟੈਲੀਫੋਨ ਨੰਬਰ ਅਸੀਂ ਸਕਰੀਨ ਦੇ ਉੱਤੇ ਦੇ ਦੇਵਾਂਗੇ ਔਰ ਤੁਸੀਂ ਉਹਨੂੰ ਦੇਖ ਸਕਦੇ ਹੋ ਆਪਣੀ ਕਿਸੇ ਵੀ ਇਵੈਂਟ ਨੂੰ ਤੁਸੀਂ ਅੱਛਾ ਬਣਾਉਣਾ ਚਾਹੁੰਦੇ ਹੋ ਉਹਦੇ ਵਿੱਚ ਟੋਲ ਔਰ ਬੋਲੀਆਂ ਔਰ ਗਾਣਿਆਂ ਔਰ ਸੂਫੀ ਸੌਂਗਸ ਦਾ ਇਜ਼ਾਫਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ ਇਹਨਾਂ ਦੇ ਕੰਮ ਨੂੰ ਅਸੀਂ ਥੋੜਾ ਜਿਨਾ ਸੁਣਾਵਾਂਗੇ ਇਸ ਬ੍ਰੇਕ ਤੋਂ ਆ ਚਲੋ ਚੱਲਨੇ ਆ ਇੱਕ ਬ੍ਰੇਕ ਦੀ ਤਰਫ ਬ੍ਰੇਕ ਦੇ ਬਾਅਦ ਵੈਲਕਮ ਬੈਕ ਹੁਣ ਅਸੀਂ ਤੁਹਾਨੂੰ ਉਹਨਾਂ ਦੀ ਸਾਡੇ ਆਰਟਿਸਟ ਜਿਹੜੇ ਨੇ ਉਹਨਾਂ ਦੀ ਕਲਾ ਦਾ ਥੋੜਾ ਜਿਨਾ ਇੰਟਰੋਡਕਸ਼ਨ ਕਰਾਨੇ ਆ ਜੀ ਤੁਸੀਂ ਦੱਸੋ ਕਿ ਤੁਹਾਡੀ ਕੀ ਚੀਜ਼ ਸਭ ਤੋਂ ਜ਼ਿਆਦਾ ਡਿਮਾਂਡ ਵਿੱਚ ਔਰ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਉਹਦਾ ਥੋੜਾ ਜਿਨਾ ਜ਼ਾਇਕਾ ਚਖਾਓ ਜਿੱਦਾਂ ਅਸੀਂ ਜਾਗੋ ਨਾਨਕਾ ਮਿਲ ਦੇ ਵਿੱਚ ਜਾਈਦਾ ਉੱਥੇ ਨਾਨਕਿਆਂ ਦਾ ਤੇ ਦਾਦਕਿਆਂ ਦਾ ਮੁਕਾਬਲਾ ਜਿਹੜਾ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਤੇ ਉਹਦਾ ਤੁਹਾਨੂੰ ਅਸੀਂ ਥੋੜਾ ਜਿਹਾ ਪੇਸ਼ਕਸ਼ ਦਵਾਂਗੇ ਵੀ ਉਹ ਅਸੀਂ ਕਿਸ ਤਰੀਕੇ ਨਾਲ ਕਰਦੇ ਹੋਂ ਨਾਨਕੀਆਂ ਨੇ ਆਕੇ ਜਦੋਂ ਦਾਦਕੀਆਂ ਮੰਗਾਰੀਆਂ ਨਾਨਕੀਆਂ ਨੇ ਆਕੇ ਜਦੋਂ ਦਾਦਕੀਆਂ ਮੰਗਾਰੀਆਂ ਦਾਦਕੀਆਂ ਨੇ ਨੱਚ ਨੱਚ ਗਿੱਧੇ ਨੂੰ ਸ਼ਿੰਗਾਰਿਆ ਦਾਦਕੀਆਂ ਸੀ ਸਾਡੇ ਨਾਲ ਕੀ ਅੱਗੇ ਸ਼ੇਅਰ ਕਰੋਗੇ ਅਸੀਂ ਹੁਣ ਤੁਹਾਨੂੰ ਜਿੱਦਾਂ ਪੰਜਾਬੀ ਫੌਕ ਜਿਹੜਾ ਭੰਗੜੇ ਗਿੱਧੇ ਦੇ ਵਿੱਚ ਜੋ ਕਿ ਜਿੱਦਾਂ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਭੰਗੜਾ ਪੈਂਦਾ ਉਹਦਾ ਥੋੜਾ ਜਿਹਾ ਰੰਗ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਹੋ ਸੁਨੇ ਟੋਲਦੀ ਤਾਲ ਉਤੇ ਦਿਲ ਧਰਤੀ ਦਾ ਵੀ ਨੱਚ ਉਠੇ ਦਗੇ ਤਿੱਲੀ ਦਾ ਜਦੋਂ ਵੀ ਮੇਲ ਹੁੰਦਾ ਹੋ ਕਿਤੇ ਪੱਬਨ 'ਤੇ ਕਿਤੇ ਦਿਲਨ 'ਤੇ ਇੱਕ ਹੱਥ ਡੋਰੀ ਦੂਜੇ ਹੱਥ ਚਿਮਟਾ ਤੀਜੀ ਤੂੰ ਵੀ ਦੀਸ਼ਨਕਾਰਨ 'ਤੇ ਜਦੋਂ ਜੱਗ ਨੱਚੇ ਨਾਲ ਰੱਬ ਨੱਚਦਾ ਈ ਓਏ ਹੋ ਸਾਇਆਂ ਭੰਗੜੇ ਤੇ ਜਦੋਂ ਸਰਦਾਰ ਨੱਚੇ ਇੱਕ ਪਾਸੇ ਪੱਗਾਂ ਦੂਜੇ ਪਾਸੇ ਚੁੰਨੀਆਂ ਆ ਗਿਆ ਵਿਸਾਖ ਗੱਟੀ ਹੋ ਗਈ ਦੁਨੀਆ ਕਿਤੇ ਕੋਈ ਮੋਰ ਨਹੀਂ ਬਣਾਉਂਦਾ ਪੱਟ ਕੇ

ਕੋਰਡੀਨਲ رابطہ ਕਰਨਾ ਹੋਏ ਤੇ ਤੁਹਾਡੇ ਰਾਪਤੇ ਲਈ ਕੀ ਟੈਲੀਫੋਨ ਨੰਬਰ ਹੈ ਜਾਂ ਕੀ ਐਡਰੈਸ ਹੈ ਜਿੱਦੇ ਤੇ ਕੋਈ ਰਾਪਤਾ ਤੁਹਾਡੇ ਨਾਲ ਕਰ ਸਕਦਾ ਹੈ ਹਾਂਜੀ ਦੋਸਤੋ ਜੇ ਤੁਸੀਂ ਸਾਡੇ ਨਾਲ ਰਸਤਾ ਰਾਪਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਇੰਸਟਾਗ੍ਰam ਪੇਜ ਫੋਲੋ ਕਰ ਸਕਦੇ ਹੋ ਕਸ਼ਮੀਰ ਢੋਲੀ ਐਂਡ ਸਨਸ ਉਹਦੇ ਵਿੱਚ ਅਸੀਂ ਆਪਣੀਆਂ ਵੀਡੀਓਜ਼ ਜਿੰਨੀਆਂ ਵੀ ਫੰਕਸ਼ਨਸ ਦੀਆਂ ਆਉਂਦੀਆਂ ਅਪਲੋਡ ਕਰੀਦੀਆਂ ਤੇ ਨਾਲ ਹੀ ਨਾਲ ਜੇ ਤੁਸੀਂ ਟਿਕਟੋਕ ਵੀ ਚਲਾਉਂਦੇ ਹੋ ਤੇ ਉੱਥੇ ਮੇਰਾ ਪੇਜ ਹੈ ਅਮਿਤ ਢੋਲੀ ਕੈਨੇਡਾ ਤੇ ਨਾਲ ਹੀ ਹੁਣ ਬ੍ਰਦਰ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸਣਗੇ ਤੁਸੀਂ ਉੱਤੇ ਸਾਨੂੰ ਕਾਲ ਵੀ ਕਰ ਸਕਦੇ ਹੋ ਫੋਨ ਨੰਬਰ 4168807622 ਐਂਡ ਇੱਕ ਹੋਰ ਫੋਨ ਨੰਬਰ ਨੋਟ ਕਰ ਸਕਦੇ ਤੁਸੀਂ 4168800406 4168807622 4168800406 ਤੁਹਾਡੇ ਦੋਵਾਂ ਦਾ ਅੱਜ ਤੇ ਸਾਡੇ ਪ੍ਰੋਗਰਾਮ ਵਿੱਚ ਆਨ ਦਾ ਸਾਡੇ ਦਰਸ਼ਕਾਂ ਨਾਲ ਆਪਣੀ ਇਸ ਕਲਾ ਨੂੰ ਸ਼ੇਅਰ ਕਰਨ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਥੈਂਕ ਯੂ। ਦਰਸ਼ਕੋ ਪੰਜਾਬ ਪੰਜ ਦਰਿਆਵਾਂ ਦੀ ਸਰਜ਼ਮੀਨ ਔਰ ਮੈਂ ਕਹਿੰਨੀ ਹਾਨੀਆ ਕਿ ਉਨਟੈਰੀਓ ਸਾਡੀ 7 ਲੇਕਾਂ ਦੀ ਸਰਜ਼ਮੀਨ ਸਾਡਾ ਪੰਜਾਬ ਇੱਥੇ ਪੰਜਾਬੀ ਜਿੱਥੇ ਜਾਂਦਾ ਹੈ ਉਹ ਆਪਣੀ ਦੁਨੀਆ ਆਪ ਬਸਾਂਦਾ ਹੈ ਉਹ ਜ਼ਮੀਨ ਦੇ ਨਾਲ ਇੰਨਾ ਜੁੜਿਆ ਹੁੰਦਾ ਹੈ ਖੇਤੀਬਾੜੀ ਤੋਂ ਲੈ ਕੇ ਪਾਣੀ ਤੱਕ ਹਰ ਚੀਜ਼ ਦੇ ਨਾਲ। ਉਹਦਾ ਇੱਕ ਖਾਸ ਤਰ੍ਹਾਂ ਦਾ ਮੈਕੈਨਿਉਨਰ ਰੱਬਦੀ ਉਹਦੇ ਤੇ ਮੇਰ ਰਹਿੰਦੀ ਏ ਔਰ ਉਹ ਆਪਣੇ ਕੰਮ ਕਰਦਾ ਰਹਿੰਦਾ ਹੈ ਅੱਜ ਦੇ ਸਾਡੇ ਆਰਟਿਸਟ ਨਾਲ ਮਿਲ ਕੇ ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਕਿ ਪੰਜਾਬ ਇੱਥੇ ਬ੍ਰੈਂਟਨ ਵਿੱਚ ਕਿਸ ਕਦਰ ਡਰਗਾ ਦੇ ਵਿੱਚ ਪਸਦਾ ਹੈ ਅੱਜ ਦਾ ਇਹ ਪ੍ਰੋਗਰਾਮ ਸਾਡੇ ਨਾਲ ਦੇਖਣ ਦਾ ਬਹੁਤ-ਬਹੁਤ ਸ਼ੁਕਰੀਆ